लुधियाना दे विच वापरी वड्डी वारदात, दो दुकानदारां ने खुद ते तेल छिड़क के लगाई अग। नगर निगम दीआं टीमां ते पुलिस अधिकारियां दे द्वारा कीती जा रही सी जांच पड़ताल, इसे दौरान वापरी वड्डी घटना। सत श्री अकाल, टीवी एनआरआई देख रहे हो तुसीं ते मैं हां अंजली। इस वेले लुधियाना दे विच दस्या जा रहा है कि लगातार नगर निगम दीआं टीमां जिहड़ियां ने, कारपोरेशन दे अफसर जिहड़े ने, ਉਹ ਇੱਥੇ ਰੇੜੀਆਂ ਲਗਾਉਣ ਵਾਲੇ ਨਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਦੇ ਉੱਤੇ ਐਕਸ਼ਨ ਕਰ ਰਹੇ ਨੇ। ਪਰ ਇਸੇ ਦੌਰਾਨ ਹੀ ਇੱਕ ਘਟਨਾ ਵਾਪਰ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਟੈਬਾਜ਼ਾਰੀ ਕਰਨ ਵਾਲੇ ਲੋਕਾਂ ਦਾ ਵਿਰੋਧ ਕਰਦੇ ਹੋਏ ਦੋ ਰੇੜੀ ਚਲਾਉਣ ਵਾਲੇ ਵਿਅਕਤੀਆਂ ਦੇ ਵੱਲੋਂ ਖੁਦ ਦੇ ਉੱਤੇ ਤੇਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਈ ਗਈ ਹੈ, ਜਿਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਝੁਲਸ ਗਏ ਨੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਸਾਰੇ ਮਾਮਲੇ ਦੇ ਬਾਰੇ जानकारी जो हुण तक सामने आ रही है उसके मुताबिक दस्या जा रहा है कि तहबजारी की टीम तो परेशान होकर इन्हां दोवें व्यक्तियों के वलों अपने दे उत्ते मिट्टी का तेल छिड़क के खुद नूं अग लगाई गई सी, जिस दे विच दोवें व्यक्ति झुलस गए ने। हुण तक दस्या जा रहा है कि लुधियाना के 32 सैक्टर इलाके दे विच इह तहबजारी दी जिहड़ी है टीम है रेहड़ी फड़ी लगाउण वालिआं दे उत्ते कार्रवाई कर रही सी। इसे दौरान दो दुकानदारां दे वलों इसका विरोध किया गया सी। इसे दे चलदिआं ही दोनों ने खुद के उत्ते मिट्टी का तेल पा लिया ते अग लगा ली। दस्या जांदा कि मौके ते जिहड़ी है पुलिस ते नगर निगम दीआं टीमां भी मौके ते मौजूद सन, जिन्हां ने इस सारे घटना वापरन तों बाद उत्ते मौजूद अधिकारियों के वलों इन्हां दोवें व्यक्तियों नूं घटना वाली थां तों हस्पताल भी पहुंचाया गया। दस्या जांदा कि दोवें व्यक्ति जिहड़े ने इस अग लगण दे नाल बुरी तरह झुलस चुके सन, जिन्हां नूं पुलिस अधिकारियों ने गेट तोड़ के इन्हां नूं बाहर कढ़िया ते उस वेले हस्पताल पहुंचाया। दूजे पासे जेकर पीड़ितां दे परिवारां दी गल कीती जाए तां उन्हां दे रिश्तेदारां दा कहना सीगा कि अधिकारियों दे वल्लों धक्का कीता जा रहा सी ते नाल दी नाल उन्हां दे उत्ते होर भी काफी गंभीर इल्जाम लगाए गए ने। दस्सीए कि दूजे पासे पुलिस ने मौके ते पहुंच के इन्हां दोवें व्यक्तियों दे इलाज दे लई उन्हां नूं जिथे इक सिविल हस्पताल दे विच उन्हां नूं दाखल करवाया। दूजे पासे मामले दी जांच तों बाद उन्हां नूं आत्मदाह करन वाले व्यक्ति अते उन्हां दे उसके साथी के खिलाफ भी मामला दर्ज कर लिया गया। दस्सीए कि यह सारी घटना वापरी है लुधियाना के 32 सैक्टर इलाके दे विच, जिथे कि नगर निगम दीआं टीमां दे वल्लों जिहड़ी है जांच पड़ताल की जा रही सी। कारपोरेशन के अफसर मौके से मौजूद सन, नाल दी नाल पुलिस जिहड़ी है ਉਹ ਮੌਕੇ ਤੇ ਮੌਜੂਦ ਹੁੰਦੀ ਹੈ। ਉਹਨਾਂ ਦੇ ਵੱਲੋਂ ਨਜਾਇਜ਼ ਜਿਹੜੇ ਕਬਜ਼ੇ ਕੀਤੇ ਗਏ ਨੇ ਜਾਂ ਫਿਰ ਰੇੜੀਆਂ ਫੜੀਆਂ ਲਗਾਉਣ ਵਾਲੇ ਜਿਹੜੇ ਉੱਥੇ ਲੋਕ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਹ ਵੱਡੀ ਵਾਰਦਾਤ ਉੱਥੇ ਵਾਪਰ ਜਾਂਦੀ ਹੈ। ਦੋ ਵਿਅਕਤੀਆਂ ਦੇ ਦੁਆਰਾ, ਦੋ ਦੁਕਾਨਦਾਰਾਂ ਦੇ ਦੁਆਰਾ ਇਸਦਾ ਵਿਰੋਧ ਕੀਤਾ ਜਾਂਦਾ ਹੈ ਤੇ ਵਿਰੋਧ ਦੇ ਚੱਲਦਿਆਂ ਹੀ ਖੁਦ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਇਹਨਾਂ ਦੇ ਵੱਲੋਂ ਅੱਗ ਲਗਾ ਲਈ ਜਾਂਦੀ ਹੈ, ਜਿਸ ਤੋਂ ਬੜਾ ਬਾਅਦ ਇਹ ਦੱਸਿਆ ਜਾ ਰਿਹਾ ਕਿ ਉਹ ਉੱਥੇ ਹੀ ਮੌਕੇ ਤੇ ਬੁਰੀ ਤਰ੍ਹਾਂ ਝੁਲਸ ਗਏ ਸਨ। ਮੌਕੇ ਤੇ ਜੋ ਪੁਲਿਸ ਅਧਿਕਾਰੀ ਮੌਜੂਦ ਸਨ ਉਹਨਾਂ ਦੇ ਵੱਲੋਂ ਮੇਨ ਗੇਟ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਬਾਅਦ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਹਾਲਤ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ। ਰਿਸ਼ਤੇਦਾਰਾਂ ਦੇ ਵੱਲੋਂ ਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਤੇ ਵੱਡੇ ਅਫਸਰਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਸੀ, ਪਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਦੇ ਉੱਤੇ ਹੀ ਮਾਮਲਾ ਦਰਜ ਕੀਤਾ ਗਿਆ, ਆਤਮਦਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਦੀ ਨਾਲ ਹੋਰ ਧਾਰਾਵਾਂ ਦੇ ਤਹਿਤ ਵੀ ਮਾਮਲੇ ਦੀ ਛਾਨਬੀਨ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੀ ਹੈ ਕਾਰਵਾਈ ਇਹਨਾਂ ਦੇ ਖਿਲਾਫ ਵੀ ਕੀਤੀ ਜਾਵੇਗੀ। ਓਂਕਾਰ ਵਿਹਾਰ ਨਗਰ ਨਿਗਮ ਲੁਧਿਆਣਾ ਦੀ ਮਾਲਕੀ ਦੀ ਜ਼ਮੀਨ ਹੈ, ਨਗਰ ਨਿਗਮ ਦੇ ਨਾਂ ਤੇ ਨਿਸ਼ਾਨਦਾਹੀ ਸਾਡੇ ਕੋਲ ਹੈ। ਇੱਥੇ ਇੱਕ ਬੰਦੇ ਨੇ ਝੁੱਗੀ ਪਾ ਕੇ ਕਬਜ਼ਾ ਕੀਤਾ ਸੀ। ਪਿਛਲੇ ਹਫ਼ਤੇ ਸਾਡੀ ਤਹਿਬਜ਼ਾਰੀ ਵਿਭਾਗ ਦੀ ਟੀਮ ਇੱਥੇ ਆਈ ਸੀ, ਨਾਲ ਸਾਡੀ ਇੱਕ ਇੰਸਪੈਕਟਰ ਵੀ ਆਈ ਸੀ, ਤਾਂ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਇਹ ਕਾਰਪੋਰੇਸ਼ਨ ਦੀ ਜ਼ਮੀਨ ਆ ਅਤੇ ਇਹਨੂੰ ਖਾਲੀ ਕਰ ਲਓ। ਇਹਨਾਂ ਨੇ ਖਾਲੀ ਨਹੀਂ ਕੀਤਾ, ਇੱਕ ਦਿਨ ਦਾ ਟਾਈਮ ਮੰਗਿਆ ਸੀ ਵੀ ਅਸੀਂ ਸਮਾਨ ਚੱਕਣਾ, ਇੱਕ ਦਿਨ ਦਾ ਟਾਈਮ ਦੇ ਦਿਓ। ਟਾਈਮ ਦਿੱਤਾ, ਅੱਜ ਇੱਕ ਹਫ਼ਤੇ ਤੋਂ ਵੱਧ ਟਾਈਮ ਹੋ ਗਿਆ, ਇਹਨਾਂ ਨੇ ਖਾਲੀ ਨਹੀਂ ਕੀਤਾ। ਅੱਜ ਜਦੋਂ ਸਾਡੀ ਟੀਮ ਇੱਥੇ ਆਈ ਹੈ, ਇਸ ਏਰੀਏ ਦੇ ਹਰਵਿੰਦਰ ਸਿੰਘ ਸਾਡੇ ATP ਨੇ ਜਿਹਨਾਂ ਕੋਲ ਇਹ ਏਰੀਆ, ਜਦੋਂ ਇੱਥੇ ਆਏ ਸਾਡੇ ਨਾਲ ਸਾਰੇ ਮੁਲਾਜ਼ਮ ਸੀ, ਸਾਡੇ ਪੁਲਿਸ ਫੋਰਸ ਵੀ ਸੀ, ਤਹਿਬਜ਼ਾਰੀ ਡਿਪਾਰਟਮੈਂਟ ਵੀ ਸੀ ਸਾਡਾ ਨਾਲ, ਇੰਸਪੈਕਟਰ ਸੀਗੇ ਉਹਨਾਂ ਦੇ ਸੁਨੀਲ ਕੁਮਾਰ, ਸੇਵਾਦਾਰ ਵੀ ਸੀਗੇ, ਹੋਰ ਵੀ ਸਟਾਫ ਸੀਗਾ। ਜਦੋਂ ਇੱਥੇ ਆਏ ਉਹਨੂੰ ਕਿਹਾ ਵੀ ਸਮਾਨ ਸਮੂਨ ਚੱਕ ਲਾ, ਤਾਂ ਬਜਾਏ ਕਿ ਉਹਨੇ ਕੁਛ ਕਰਨ ਦੇ ਸਾਡੇ ਸਟਾਫ 'ਤੇ ਮਿੱਟੀ ਦੇ ਤੇਲ ਪਾ ਕੇ ਅੱਗ ਲਾਉਣ ਦੀ ਸਾਡੇ ਸਟਾਫ ਨੂੰ ਕੋਸ਼ਿਸ਼ ਕੀਤੀ, ਸਾਡਾ ਸਟਾਫ ਪਿੱਛੇ ਹਟ ਕੇ ਬਚ ਗਿਆ। ਉਸ ਤੋਂ ਬਾਅਦ ਉਹ ਬੰਦਾ ਅੰਦਰ ਭੱਜ ਗਿਆ, ਲੜਾਈ ਝਗੜਾ ਸਾਡੇ ਨਾਲ ਕਰਦਾ ਰਿਹਾ, ਉਹਨੇ ਅੰਦਰ ਭੱਜ ਕੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲਈ।
कुछ नहीं सर, असी 30 सालों तो एक जगह से रह रहे, ना साड़ी माँ वा ना साड़ा प्यो वा, मेरा दो भरा वीरू 27 साल ते छोटा भरा 18 साल, पिछे महल्ले वाले ने पता नहीं की शिकायत की, वो कहते कारपोरेशन वाले ने आके साढ़े घर में भन्न तोड़ की, जबरदस्ती पुलिस वाले अंदर बड़े, मेरा भरा कही जाता से असं कही जाते से उन्हें अग ला लेनी, शरीर में अग ला ली, कोई नहीं मनिया, सारे च पुलिस वाले निर्दयी इंसानों वांगू जिवें जानवर होंगे वो टुट पे घर के, असी भैन भैन पेंदे रहे गिड़गिड़ाते रहे कि छड़ दो छड़ दो, साढ़े दो ही भरा ने असं मर जाएंगे उन्हों तो बिना, अं कि जाइए सानू टाइम दे दो घर में रहन दो, असं कर देंगे खाली स्टेपा जी, इदा कोई नहीं खाली करता, साढ़े ना धक्का किया लेडीज पुलिस सानू धक्के ना खिंच के मगर लै गई, ताला इन्होंने तोड़ता तक लत्त मार के दरवाजा तोड़िया, तो दोवें भरावान ने अपने शरीर में अग ला के महला जी महला है ओंकार विहार 32 सैक्टर के बैक साइड आ कारपोरेशन की टीम आ जी है एक उपकार नगर हैगा जे रोड के उत्ते उत्थे एक नजायज़ कब्जे किसी ने किए हुए थे, एक झुग्गी बनाई हुई थी एक परिवार ने, उसनों जोड़ा वो खाली कराने वास्ते उत्थे उन्होंने जी है टीम गई सी, तो जो टीम जो खाली करवा रही थी उन्होंने जी टीम के नाल तय बाजारी जिदी टीम तो बिल्डिंग ब्रांच की टीम के नाल उन्होंने जी धक्कामुखी की उन्होंने ड्यूटी के विघन पाया सी, तो उन्होंने उत्ते भी जोड़े हैगा तेल पाने की भी कोशिश की गई सी टीम के उत्ते, तो इन्होंने जोड़े है उन्होंने उत्थे तहस के आके जहाँ ने उन्होंने दो लड़के से उत्थे वीरू तो अनमोल उन्होंने अपने आप ते तेल पा लिया सी, तो उन्होंने जोड़े कि पुलिस पार्टी जी सानू इनफॉर्मेशन मिलने असं मौके पर पुजे सके, तो उन्होंने जाके उन्होंने बजाया गया नाल दी नाल अगनों, तो उन्होंने ट्रीटमेंट लई हॉस्पिटल भेजा गया सी, उहदे खिलाफ़ असी कंप्लेंट आई है FIR दर्ज की गई है, ਤਫਤੀਸ਼ ਦੌਰਾਨ ਜੋ ਵੀ ਪੱਖ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲੈਂਦੀ ਜਾਏਗੀ। A to Z ਸਮੱਸਿਆ ਦਾ ਸਮਾਧਾਨ ਮੀਆਂ ਕਰੀਮ ਖਾਨ, ਕਾਲ ਜਾਂ ਵਟਸਐਪ ਕਰੋ 99150 90403, ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ 11 ਘੰਟਿਆਂ 'ਚ ਫਟਾਫਟ 101% ਸਮਾਧਾਨ, ਗਾਰੰਟੀ ਕਾਰਡ ਦੇ ਨਾਲ, ਕਾਲੇ ਇਲਮ ਦੀ ਕਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ, ਕੀਤਾ ਕਰਾਇਆ ਜਾਦੂ ਟੋਣਾ, मनचाया प्यार वशीकरण, मुठकरनी करवाओ या तुड़वाओ, नौकरी कारोबार च रुकावटा, सोतन दुश्मन तो छुटकारा, घर च खून दे छिट्टे आने, बच्चियां दा पढ़ाई च मन ना लगना, प्रेमी प्रेमिका दा 100% वशीकरण करवाओ, घर बैठे हर समस्या दा समाधान सिर्फ 11 घंटिया च।